ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਨ ਕਰਵਾ ਰਹੇ ਹਾਂ ਤੁਹਾਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ, ਜਿੱਥੇ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਵੱਲੋਂ ਚੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰੀ ਜਾ ਰਹੀ ਹੈ। ਚੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਦੇ ਨਾਲ ਨਾਲ ਸੰਗਤਾਂ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਲੰਗਰ ਦੀਆਂ ਸੇਵਾਵਾਂ ਵੀ ਜਿਹੜੀਆਂ ਨੇ ਇੱਥੇ ਨਿਭਾਈਆਂ ਜਾਂਦੀਆਂ ਨੇ। ਅੱਜ ਇੱਕ ਨੌਜਵਾਨਾਂ ਵੱਲੋਂ ਖਾਸ ਤਰ੍ਹਾਂ ਦੀ ਸੇਵਾ ਨਿਭਾਈ ਜਾ ਰਹੀ ਹੈ। ਫਰੂਟ ਚਾਟ ਦਾ ਲੰਗਰ ਜਿਹੜਾ ਹੈ ਨੌਜਵਾਨਾਂ ਵੱਲੋਂ ਸ਼ਹੀਦਗੰਜ ਗੁਰਦੁਆਰਾ ਸਾਹਿਬ ਦੇ ਬਾਹਰ ਲਗਾਇਆ ਗਿਆ ਹੈ। ਨੌਜਵਾਨ ਸਭਾ ਵੱਲੋਂ ਇਹ ਖਾਸ ਜਿਹੜੀ ਸੇਵਾ ਕੀਤੀ ਜਾ ਰਹੀ ਹੈ। ਦੇਖ ਸਕਦੇ ਹੋ ਕਿ ਫਰੂਟ ਚਾਟ ਦਾ ਜਿਹੜਾ ਲੰਗਰ ਹੈ ਉਹ ਲਗਾਇਆ ਜਾ ਰਿਹਾ ਹੈ। ਗੱਲਬਾਤ ਕਰਦੇ ਹਾਂ ਵੀਰ ਜੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕਿੱਥੋਂ ਆਏ ਹੋ ਪਹਿਲਾਂ? ਸਾਡਾ ਪਿੰਡ ਆ ਜੀ ਰਮਦਾਸ ਦੇ ਕੋਲ ਆ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਉਹਨਾਂ ਦੇ ਲਾਗੇ ਪਿੰਡ ਆ ਜੀ ਨੰਗਲਸੌਲ। ਅੱਜ ਤੁਹਾਡੇ ਵੱਲੋਂ ਖਾਸ ਫਰੂਟ ਚਾਟ ਦਾ ਲੰਗਰ ਲਗਾਇਆ ਗਿਆ ਹੈ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ, ਇਹ NRI ਸਹਿਯੋਗ ਵੀਰਾਂ ਦਾ, ਪਿੰਡ ਨੰਗਲਸੌਲ ਦੀ ਸਾਧ ਸੰਗਤ ਦਾ ਸਹਿਯੋਗ ਆ, ਅਤੇ ਸਭ ਤੋਂ ਵੱਡਾ ਸਹਿਯੋਗ ਹੈ ਜੀ ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ। ਇੱਥੇ ਇੱਕ ਮਹੀਨੇ ਦੇ ਵਿੱਚ ਜਿੱਦਾਂ ਵੀ ਸੰਗਤ ਦਾ ਸਹਿਯੋਗ ਹੁੰਦਾ, ਕਦੀ ਇੱਕ ਹਫ਼ਤਾ ਲਾ ਦਿੰਦੇ ਨੇ, ਕਦੀ ਦੋ ਹਫ਼ਤੇ ਲੰਗਰ ਇਹ ਚੱਲਦਾ ਹੈ ਜੀ। ਪਹਿਲਾਂ ਜਦੋਂ ਸਮਰ ਦਾ ਵੈਦਰ ਸੀ ਉਦੋਂ ਸਾਡਾ ਇਹ ਆਈਸਕ੍ਰੀਮ ਦਾ ਲੰਗਰ ਚੱਲਦਾ ਰਿਹਾ ਸੀ, ਔਰ ਆਫਟਰ ਮੌਸਮ ਚੇਂਜ ਹੋਣ ਦੇ ਨਾਲ ਜਿਹੜਾ ਸੰਗਤਾਂ ਦੇ ਸਹਿਯੋਗ ਨਾਲ ਫਰੂਟ ਚਾਟ ਦਾ ਜਿਹੜਾ ਸਾਡਾ ਸਹਿਯੋਗ ਭਰਾਵਾਂ ਦਾ NRI ਪਿੰਡ ਦਾ ਸੰਗਤ ਦਾ ਉਹਨਾਂ ਦੇ ਨਾਲ ਇਹ ਜਿਹੜਾ ਲੰਗਰ ਅੱਜ ਬਾਬਾ ਦੀਪ ਸਿੰਘ ਜੀ ਦੇ ਦਰਬਾਰ 'ਤੇ ਐਤਵਾਰ ਨੂੰ ਲਗਾਇਆ ਗਿਆ ਹੈ ਜੀ। ਹਰ ਐਤਵਾਰ ਵੱਖ ਵੱਖ ਤਰ੍ਹਾਂ ਦਾ ਲੰਗਰ ਲਗਾਇਆ ਜਾਂਦਾ ਹੈ? ਹਾਂਜੀ ਹਾਂਜੀ ਹਾਂ, ਹਰ ਤਰ੍ਹਾਂ ਦੇ ਸਮੇਂ ਦੇ ਨਾਲ ਜਿਵੇਂ ਸਮੋਸੇ ਦਾ ਲੰਗਰ ਚੱਲ ਗਿਆ ਪਹਿਲਾਂ ਕੁਛ ਸਮਾਂ, ਹੁਣ ਆਪਣਾ ਫਰੂਟ ਦਾ ਚੱਲ ਗਿਆ ਹੈ। ਇਸ ਤੋਂ ਬਾਅਦ ਜਿਵੇਂ ਜਿਵੇਂ ਸੰਗਤ ਦਾ ਸਹਿਯੋਗ ਹੁੰਦਾ ਹੈ ਜੀ, ਉਵੇਂ ਉਵੇਂ ਆਪਾਂ ਲੰਗਰ ਚੇਂਜ ਕਰਦੇ ਰਹੀਦਾ ਹੈ ਜੀ। ਹਾਂਜੀ, ਅਤੇ ਬਾਕੀ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਧਰਤੀ ਹੈ, ਇਹ ਬੜੇ ਵੀਰ ਸਹਿਯੋਗ ਦਿੰਦੇ ਨੇ NRI ਵੀਰ ਨੇ ਜਿਹੜੇ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਇੱਥੇ ਲੰਗਰ ਲਾਉਂਦੇ ਆ ਜੀ। ਦੇਖ ਰਹੇ ਹਾਂ ਕਿ ਤੁਸੀਂ ਹੱਥ ਵਿੱਚ ਹੈ ਜਿਹੜੇ ਲਿਫਾਫੇ ਪਾ ਕੇ, ਤਾਂ ਜੋ ਸੰਗਤਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਜਿਹੜਾ ਬਾਹਰ ਦਾ ਜੋ ਕਹਿੰਦੇ ਨੇ ਕਿ ਹੈਲਦੀ ਜਿਹੜਾ ਫਰੂਟ ਚਾਟ ਹੋਵੇ। ਇਹ ਵਾਹਿਗੁਰੂ ਜੀ, ਸਾਡੇ ਜਿਹੜੇ ਸਿਹਤ ਦਾ ਜ਼ਿਆਦਾ ਖਿਆਲ ਰੱਖਦੇ ਹੋਏ, ਕਿਉਂਕਿ ਸੰਗਤ ਦਾ ਜਿਹੜਾ ਨਾ ਕਿ ਸੰਗਤ ਦੇ ਵਿੱਚ ਜਿਹੜੀ ਕੋਈ ਗੰਦਗੀ ਵਾਲੀ, ਹੱਥ ਕੀਟਾਣੂ ਵਗੈਰਾ ਜਿਹੜੀ ਕੋਈ ਚੀਜ਼ ਅਲੱਗ ਤਰ੍ਹਾਂ ਦੀ ਜਿਹੜੀ ਪ੍ਰਸ਼ਾਦ ਦੇ ਵਿੱਚ ਪੈ ਕੇ ਨਾ ਜਾ ਸਕੇ, ਇਸ ਕਰਕੇ ਜਿਹੜੇ ਸਾਡੇ ਸੇਵਾਦਾਰ ਦੇਖੋ ਹਰ ਇੱਕ ਨੇ ਗਲਵਜ਼ ਪਹਿਨੇ ਹੋਏ ਨੇ, ਜੇ ਉਹ ਡਿਸਪੋਜੀਬਲ ਗੰਦਾ ਹੋ ਚੁੱਕਾ ਤਾਂ ਉਹਨੂੰ ਚੱਕਣ ਵਾਸਤੇ ਵੀ ਜਿਹੜੇ ਗਲਵਜ਼ ਯੂਜ਼ ਕਰ ਰਹੇ ਨੇ, ਇਸ ਕਰਕੇ ਜਿਹੜਾ ਸਫਾਈ ਦਾ ਜਿਹਦਾ ਜ਼ਿਆਦਾ ਖਿਆਲ ਰੱਖਿਆ ਗਿਆ, ਮੁੱਖ ਧਿਆਨ ਉਹ ਰੱਖਿਆ। ਔਰ ਜਿਹੜਾ ਥੱਲੇ ਲੰਗਰ ਤਿਆਰ ਹੋ ਰਿਹਾ ਫਰੂਟ ਕਟਾਈ, ਉਹ ਲੇਡੀਜ਼ ਜਿਹੜੀਆਂ ਸਾਡੀਆਂ ਬਹੁਤ ਵੱਡਾ ਸਹਿਯੋਗ ਆ ਜੀ, ਪਿੰਡ ਤੋਂ ਬੀਬੀਆਂ ਨੇ, ਕੁਝ ਹੋਰ ਵੀ ਨੇ ਸੰਗਤ, ਉਹ ਵੀ ਥੱਲੇ ਕਟਾਈ ਜਿਹੜੀ ਫਰੂਟ ਦੀ ਆ ਜੀ, ਉਹ ਵਾਹਿਗੁਰੂ ਜੀ ਚੱਲ ਰਹੀ ਆ ਜੀ। ਹੋਰ ਵੀ ਸੰਗਤ ਨਾਲ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਸਾਰੇ ਨੌਜਵਾਨਾਂ ਵੱਲੋਂ ਰਲ ਮਿਲ ਕੇ ਫਰੂਟ ਚਾਟ ਦਾ ਲੰਗਰ ਖਾਸ ਜਿਹੜਾ ਲਗਾਇਆ ਗਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਜਿਹੜਾ ਲੰਗਰ ਹੋਇਆ ਨਾ ਫਰੂਟ ਦਾ, ਵਾਹਿਗੁਰੂ ਜੀ, ਇਹ ਬਾਬੇ ਬੁੱਢਾ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੀ ਦੇਣ ਹੈ ਜੀ। ਸਾਡਾ ਪਿੰਡ ਨੰਗਲਸੌਲ ਸਮਾਤ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੇ ਕੋਲ ਪੈਂਦਾ ਜੀ। ਇਹ ਜਿਹੜਾ ਵੀ ਲੰਗਰ ਆਉਣਾ ਜੀ, ਇਹ ਸਾਡੇ ਪਿੰਡ ਦੇ ਜਿੰਨੇ ਨੌਜਵਾਨ ਵੀਰ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਜੀ। ਅਤੇ ਬਾਕੀ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀ ਅਪਾਰ ਕਿਰਪਾ, ਉਹਨਾਂ ਦੇ ਵੱਲੋਂ ਹੀ ਲਗਾਇਆ ਗਿਆ ਜੀ। ਕਿੰਨੇ ਕੁ ਨੌਜਵਾਨ ਇਸ ਸੇਵਾ ਵਿੱਚ ਹਿੱਸਾ ਲੈ ਰਹੇ ਨੇ? ਘੱਟੋ ਘੱਟ ਗਏ ਜੀ, ਸਾਡੇ ਇਹਦੇ ਵਿੱਚ ਜਿਹੜੇ ਸੇਵਾਦਾਰ ਹਿੱਸਾ ਲੈ ਰਹੇ ਨੇ, ਘੱਟੋ ਘੱਟ 35-40 ਸੇਵਾਦਾਰ ਇਹ ਨੇ ਸੇਵਾਦਾਰ ਨੇ, ਔਰ ਘੱਟੋ ਘੱਟ ਵੀ ਤਾਂ ਸਾਡੇ ਹੋਣਗੇ 30-35 ਬੀਬੀਆਂ ਨੇ ਜਿਹੜੀ ਕਟਾਈ ਕਰ ਰਹੇ ਨੇ, ਔਰ ਮਤਲਬ ਸੇਵਾ
ਸੇਵਾ ਕਰ ਰਹੇ ਨੇ ਨਾਲ। ਹੋਰ ਵੀ ਸੇਵਾਦਾਰ ਮੌਜੂਦ ਨੇ, ਕੀ ਕਹਿਣਾ ਚਾਹੋਗੇ? ਅੱਜ ਲੰਗਰ ਲਗਾਇਆ ਜਾ ਰਿਹਾ, ਕੀ ਕਹਿਣਾ ਚਾਹੋਗੇ? ਲੰਗਰ ਬਹੁਤ ਵਧੀਆ ਚੱਲ ਰਿਹਾ, ਇਹ NRI ਦੇ ਵੀਰਾਂ ਦੇ ਨਾਲ ਚੱਲਦਾ ਰਿਹਾ, ਇਹ ਚੱਲਦਾ ਰਹੇ, ਬਹੁਤ ਵਧੀਆ ਗੱਲ ਹੈ। ਹਾਂਜੀ, ਸੋ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਫੂਡ ਚਾਰਟ ਦਾ ਖਾਸ ਲੰਗਰ ਤਿਆਰ ਕੀਤਾ ਗਿਆ ਹੈ। ਨੌਜਵਾਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਸੰਗਤ ਨੂੰ ਪਰੇਸ਼ਾਨੀ ਨਾ ਆਏ, ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਰੱਸਿਆਂ ਦੇ ਨਾਲ ਲਾਈਨਾਂ ਵਿੱਚ ਲੱਗੀ ਸੰਗਤ ਜਿਹੜੀ ਹੈ ਫਰੂਟ ਚਾਟ ਦਾ ਜਿਹੜਾ ਲੰਗਰ ਹੈ ਉਹ ਲੈ ਰਹੀ ਹੈ, ਅਤੇ ਨੌਜਵਾਨ ਜਿਹੜੇ ਨੇ ਖਾਸ ਇਹ ਸੇਵਾ ਜਿਹੜੀ ਨਿਭਾ ਰਹੇ ਨੇ। ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਹੁਣ ਜਿਹੜਾ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਹਰ ਐਤਵਾਰ ਉਹਨਾਂ ਵੱਲੋਂ ਵੱਖ ਵੱਖ ਤਰ੍ਹਾਂ ਦਾ ਜਿਹੜਾ ਲੰਗਰ ਹੈ ਉਹ ਲਗਾਇਆ ਜਾਂਦਾ ਹੈ। ਹਰ ਐਤਵਾਰ ਚੁਪਹਿਰਾ ਸਾਹਿਬ ਦੇ ਦਿਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ 'ਤੇ ਇਹ ਜਿਹੜਾ ਲੰਗਰ ਨੌਜਵਾਨਾਂ ਵੱਲੋਂ ਖਾਸ ਜਿਹੜਾ ਤਿਆਰ ਕੀਤਾ ਜਾਂਦਾ ਹੈ ਅਤੇ ਦੂਰੋਂ ਦੂਰੋਂ ਆ ਕੇ ਸੰਗਤਾਂ ਇਸ ਸੇਵਾ ਵਿੱਚ ਹਾਜ਼ਰੀਆਂ ਭਰਦੀਆਂ ਹਨ। ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ, ਗ੍ਰੇਟ ਪੰਜਾਬ TV, ਅੰਮ੍ਰਿਤਸਰ।